हेलो एवरीवन वेलकम टू आवर चैनल मुक्कु महक सो आज हम सी चैप्टर 1 ਦੇ ਵਣਜਾਰਾ ਉਹਦੇ ਕੁਐਸਚਨ ਆਨਸਰ ਕਰਾਂਗੇ ਪ੍ਰਸ਼ਨ ਹੁੰਦਾ ਹੈ ਚਲੋ سٹਾਰਟ ਕਰਦੇ ਹਾਂ ਫਰਸਟ ਕੁਐਸਚਨ ਹੈਗਾ ਵਖ ਵਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ ਉੱਤਰ ਹੈ ਵਖ ਵਖ ਧਰਮਾਂ ਲਈ ਵਣਜਾਰਾ ਈਰਖਾ ਨੂੰ ਛੱਡ ਕੇ ਇੱਕ ਹੋਣ ਦਾ ਸੰਦੇਸ਼ ਦਿੰਦਾ ਹੈ ਨੈਕਸਟ ਕੁਐਸਚਨ ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ ਉੱਤਰ ਹੈ ਇਹਦਾ ਨਫ਼ਰਤ ਸਾਨੂੰ ਦੁੱਖ ਦਿੰਦੀ ਹੈ ਅਤੇ ਜੀ ਪਰ ਕੇ ਸੌਣ ਰੋਣ ਅਤੇ ਹੱਸਣ ਨਹੀਂ ਦਿੰਦੀ। ਏਕੇ ਬਾਰੇ ਕਵੀ ਕੀ ਕਹਿੰਦਾ ਹੈ? ਕਵੀ ਕਹਿੰਦਾ ਹੈ ਕਿ ਏਕੇ ਵਿੱਚ ਸ਼ਕਤੀ ਹੁੰਦੀ ਹੈ ਤੇ ਏਕਾ ਸਾਨੂੰ ਪਿਆਰਾ ਹੈ। ਫੋਰਥ ਕੁਐਸਚਨ ਹੈ ਸਾਡਾ ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਕਵਿਤਾ ਨੂੰ ਪੜ੍ਹ ਕੇ ਅਸੀਂ ਮਹਿਸੂਸ ਕਰਦੇ ਹਾਂ ਸਾਨੂੰ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਨਫ਼ਰਤ ਨਾਲ ਦੁੱਖ ਤਕਲੀਫ਼ ਹੀ ਮਿਲਦੀ ਹੈ ਹਜੇ ਦੇ ਔਖੇ ਸ਼ਬਦਾਂ ਦੇ ਅਰਥ ਹੈ ਗਿਆ ਫਸਟ ਹੈਗਾ ਵਣਜਾਰਾ ਅੱਖੀ ਸ਼ਬਦਾਂ ਦੇ ਅੱਗੇ ਵਣਜਾਰਾ ਤੇ ਕੀ ਆਊਗਾ ਸੁਦਾਗਰ ਵਪਾਰੀ ਅਸੀਂ ਔਖੇ ਸ਼ਬਦਾਂ ਦੇ ਵਾਕ ਵੀ ਬਣਾਏ ਹੋਏ ਆ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਉਹਦੇ ਵਾਕ ਵੀ ਲਿਖ ਸਕਦੇ ਹੋ ਕਿਉਂਕਿ ਕਈ ਵਾਰ ਪੇਪਰ 'ਚ ਔਖੇ ਸ਼ਬਦਾਂ ਦੇ ਵਾਕ ਵੀ ਪੁੱਛ ਲੈਂਦੇ ਆ ਭਾਈਚਾਰਾ ਭਰਾਵਾਂ ਨਾਲ ਸੰਬੰਧ ਇਹਦਾ ਵਾਕ ਹੈ ਵਣਜਾਰਾ ਸਭ ਧਰਮਾਂ ਨੂੰ ਭਾਈਚਾਰੇ ਨਾਲ ਰਹਿਣਾ ਰਹਿਣ ਦਾ ਸੰਦੇਸ਼ ਦਿੰਦਾ ਹੈ ਇਕਤਾਰਾ ਇੱਕ ਤਾਰ ਵਾਲਾ ਸਾਜ਼ ਤੁੰਬਾ ਵਣਜਾਰਾ ਇੱਕ ਤਾਲ ਇੱਕ ਤਾਹ ਲੈ ਕੇ ਗਾਉਂਦਾ ਹੈ ਸੰਜਲ ਪੜਾ ਨਿਸ਼ਾਨਾ ਮਿਹਨਤ ਨਾਲ ਹੀ ਮੰਜ਼ਿਲ ਪ੍ਰਾਪਤ ਹੁੰਦੀ ਹੈ ਇਹ ਲਿਖੀਆਂ 17 ਦਾ ਕੀ ਭਾਵ ਹੈ ਇੱਥੇ ਜਿਹੜੀਆਂ 17 ਲਿਖੀਆਂ ਹੋਈਆਂ ਨੇ ਅਸੀਂ ਇਹਨਾਂ ਦਾ ਮਤਲਬ ਦੱਸਣਾ ਕੀ ਹੈ ਇਹ ਕੀ ਕਹਿਣਾ ਚਾਹੁੰਦੀਆਂ ਨੇ ਚਲੋ ਇਹਦਾ ਉੱਤਰ ਹੈਗਾ ਆ ਇਹਨਾਂ ਸਤਰਾਂ ਦਾ ਇਹਨਾਂ ਸਤਰਾਂ ਤੋਂ ਭਾਵ ਹੈ ਕਿ ਸਾਨੂੰ ਕਿਸੇ ਨੂੰ ਵੀ ਊਚ ਨੀਚ ਪਛਾਣ ਕੇ ਨਹੀਂ ਦੇਖਣਾ ਚਾਹੀਦਾ ਤੇ ਸਭ ਨੂੰ ਇੱਕ ਜਾਣਨਾ ਚਾਹੀਦਾ ਹੈ ਆਪਸ ਵਿੱਚ ਮੂਰਖ ਲੋਕ ਲੜਦੇ ਹਨ ਸਿਆਣੇ ਨਹੀਂ ਅਸੀਂ ਸਾਰੇ ਇੱਕ ਹਾਂ ਅਤੇ ਏਕਤਾ ਵਿੱਚ ਸ਼ਕਤੀ ਹੁੰਦੀ ਹੈ ਇੱਕਾਸ ਨੂੰ ਪਿਆਰਾ ਹੈ ਇਹ ਕੁਝ ਥਰਡ ਹੈਗਾ ਕੁਐਸਚਨ ਹੇਟ ਲਿਖਿਆ ਕਾਵੀ ਇਸ ਕਾਵੀ 17 ਪੂਰੀਆਂ ਕਰੋ ਤੇ ਕੁਝ 17 ਦਿੱਤੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਪੂਰੀ ਕਰਨਾ ਹੈ ਪਹਿਲੀ 17 ਹੈਗੀ ਆ 17 ਹੈਗੀਆਂ ਨੇ ਸੱਜੀ ਖੱਬੇ ਦੀ ਗੱਲ ਛੱਡੋ ਸਿੱਧੇ ਰਸਤੇ ਚੱਲੋ ਇਹਦਾ ਇਹਦੇ ਅੱਗੇ ਕੀ ਆਣਾ ਸਾਂਝਾ ਰਸਤਾ ਸਾਂਝੀ ਮੰਜ਼ਿਲ ਉਸ ਨੂੰ ਜਾ ਕੇ ਮੱਲੋ ਭਾਰਤ ਜੀ ਦੀ ਜੈ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ ਬਸਤੀ ਬਸਤੀ ਜੰਗਲ ਜੰਗਲ ਗੋਂਦਾ ਹੈ ਵਣਜਾਰਾ ਨੈਕਸਟ ਹੈਗਾ ਬਸਤੀ ਜੰਗਲ ਜੰਗਲ ਗੋਂਦਾ ਹੈ ਵਣਜਾਰਾ ਭਾਰਤ ਦੀ ਜੇ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ ਇਹਦਾ ਹੈਗਾ ਬਸਤੀ ਬਸਤੀ ਜੰਗਲ ਜੰਗਲ ਗੋਂਦਾ ਹੈ ਵਣਜਾਰਾ ਤੁਹਾਨੂੰ ਆਖੇ ਅੱਖੀ ਸ਼ਬਦ ਦੇ ਅਰਥ ਸੀ ਮੰਜ਼ਿਲ ਜਿੱਦਕਿ ਆ ਦੇਖੋ ਸੰਜਲ ਆਹ ਸਾਰਾ ਕੁਸ਼ ਕਾਲਿਆ ਸੀ ਸੀ ਚਲੋ ਅੱਜ ਸਾਡਾ ਜਿਹਦਾ ਪੰਜਾਬੀ ਦੇ ਚੈਪਟਰ 1 ਵੀ ਕੰਪਲੀਟ ਕਰ ਲਿਆ ਸੀ ਅਸੀਂ ਉਹਦੇ ਕੁਐਸਚਨ ਆਨਸਰ ਵੀ ਅੱਜ ਕਰ ਲਏ ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓਜ਼ ਨੂੰ ਸਾਡੇ ਐਂਡ ਸਾਡੀ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਕਰਿਓ ਥੈਂਕ ਯੂ